ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਵਿਖੇ ਅਸੀਂ ਲਗਾਤਾਰ ਪੱਕਾ ਭੁੱਖ ਹੜਤਾਲ ਅਤੇ ਧਰਨਾ ਲਗਾ ਰਹੇ ਹਾਂ। ਮਸਲਾ ਇੱਕ ਤਾਂ ਪ੍ਰਾਇਮਰੀ ਦੇ ਵਿੱਚ ਜਿਹੜੇ 2300 ਦੇ ਲਗਭਗ ਅਧਿਆਪਕ ਆ, ਨਵੰਬਰ ਮਹੀਨੇ ਤੋਂ ਲਗਾਤਾਰ 3 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ, ਤਨਖਾਹਾਂ ਨਹੀਂ ਮਿਲ ਰਹੀਆਂ। ਪਹਿਲਾ ਮਸਲਾ ਇਹ ਆ, ਅਸੀਂ ਮੰਗ ਕਰਦੇ ਹਾਂ DPI ਪ੍ਰਾਇਮਰੀ ਤੋਂ, ਐਜੂਕੇਸ਼ਨ ਸੈਕਟਰੀ ਤੋਂ, ਵੀ ਇਹਨਾਂ ਦੀਆਂ 3 ਮਹੀਨੇ ਦੀਆਂ ਜਿਹੜੀਆਂ ਤਨਖਾਹਾਂ ਆ ਉਹਨਾਂ ਲਈ ਬਜਟ ਜਿਹੜਾ ਹੈ ਉਹ ਜਾਰੀ ਹੋਣਾ ਚਾਹੀਦਾ। ਦੂਜਾ ਮਸਲਾ ਜਿਹੜਾ ਆ ਪ੍ਰਾਇਮਰੀ ਅਧਿਆਪਕਾਂ ਦਾ ਪ੍ਰਮੋਸ਼ਨ ਦਾ ਆ, ਟੀਚਰ ਤੋਂ ਹੈੱਡ ਟੀਚਰ ਦੀ ਪ੍ਰਮੋਸ਼ਨ ਸਾਰੇ ਪੰਜਾਬ ਵਿੱਚ ਹੋ ਗਈਆਂ, ਪਰ ਜ਼ਿਲ੍ਹਾ ਜਲੰਧਰ ਦਾ ਜਿਹੜਾ ਕੇਸ ਆ ਉਹ ਮੰਨ ਲਓ ਇਹਦੇ ਵਿੱਚ ਅਸੀਂ ਪਛੜ ਰਹੇ ਹਾਂ। DPI ਪ੍ਰਾਇਮਰੀ ਨਾਲ ਵੀ ਗੱਲ ਹੋਈ ਆ, ਉਹਦੇ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਬਹੁਤ ਵਾਰ ਮੈਮੋਰੈਂਡਮ ਦਿੱਤੇ ਆ, ਟੇਬਲ ਟਾਕ ਹੋਈ ਆ, ਪਰ ਉਹ ਮਸਲਾ ਹਾਲੇ ਜਿਉਂ ਦਾ ਤਿਉਂ ਆ। ਹਾਲੇ ਪ੍ਰਮੋਸ਼ਨਾਂ ਦੀ ਜਿਹੜੀ ਲਿਸਟ ਹੈ ਉਹ ਜਾਰੀ ਨਹੀਂ ਕੀਤੀ ਜਾ ਰਹੀ, ਔਰ ਸਟੇਸ਼ਨ ਅਲਾਟਮੈਂਟ ਜਿਹੜੇ ਆ ਉਹ ਨਹੀਂ ਕੀਤੇ ਜਾ ਰਹੇ। ਤੀਜਾ ਮਸਲਾ ਆ ਬਈ ਜਿਹੜਾ ਸਿੱਖਿਆ ਜ਼ਿਲ੍ਹਾ ਸਿੱਖਿਆ ਦਫ਼ਤਰ ਆ ਉਹਦੇ ਵਿੱਚ ਜਿਹੜੇ ਅਧਿਆਪਕ ਕੰਮ ਕਰਾਉਣ ਵਾਸਤੇ ਆਉਂਦੇ ਆ ਉਹਨਾਂ ਦੇ ਕੰਮ ਜਿਹੜੇ ਆ ਉਹਨਾਂ ਨੂੰ ਡਿਲੇ ਕੀਤਾ ਜਾਂਦਾ। ਡਿਲੇ ਇਸ ਕਰਕੇ ਕੀਤਾ ਜਾਂਦਾ ਵੀ ਕਿ ਉਹ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਉਹਨਾਂ ਤੋਂ ਜਿਹੜੀ ਆ ਰਿਸ਼ਵਤ ਜਿਹੜੀ ਆ ਉਹ ਲਈ ਜਾਵੇ। ਮੰਨ ਲਓ ਇਹ ਜਿਹੜੇ 3 ਮਸਲੇ ਆ, ਇਸ ਕਰਕੇ ਅੱਜ ਅਸੀਂ ਲਗਾਤਾਰ ਭੁੱਖ ਹੜਤਾਲ 'ਤੇ ਹਾਂ। ਇੱਕ ਮਸਲਾ ਅਸੀਂ ਚਾਹੁੰਦੇ ਜਿਹੜਾ ਬ੍ਰਿਜ ਕੋਰਸ ਆ, ਇਹ ਮਸਲਾ ਵੀ ਜਿਹੜਾ ਅਧਿਆਪਕਾਂ ਦਾ ਇਹ ਮਸਲਾ, ਇਹਨੂੰ ਵੀ ਉਭਾਰਿਆ ਜਾਵੇ। ਵੈਸੇ ਤਾਂ ਪੰਜਾਬ ਲੈਵਲ ਦਾ ਮਸਲਾ ਆ, ਪਰ ਫਿਰ ਵੀ ਅਸੀਂ ਅੱਜ ਦੀ ਭੁੱਖ ਹੜਤਾਲ 'ਚ ਇਹ ਮਸਲਾ ਵੀ ਜਿਹੜਾ ਆ ਉਭਾਰ ਰਹੇ ਹਾਂ। ਇਹ ਭੁੱਖ ਹੜਤਾਲ ਲਗਾਤਾਰ ਜਾਰੀ ਰਹੂਗੀ ਜਿੰਨਾ ਚਿਰ ਜਿਹੜੇ ਪ੍ਰਾਇਮਰੀ ਅਧਿਆਪਕ ਆ ਉਹਨਾਂ ਦੀਆਂ ਤਨਖਾਹਾਂ ਨਹੀਂ ਮਿਲ ਜਾਂਦੀਆਂ, ਔਰ ਜਿੰਨਾ ਚਿਰ ਉਹਨਾਂ ਨੂੰ ਜਿਹੜੀ ਬਣਦੀ ਤਨਖਾਹ ਆ ਉਹ ਨਹੀਂ ਦਿੱਤੀ ਜਾਂਦੀ, ਔਰ ਜਿੰਨਾ ਚਿਰ ਉਹਨਾਂ ਦੇ ਜਿਹੜੇ ਪ੍ਰਮੋਸ਼ਨਾਂ ਦਾ ਮਸਲਾ ਆ ਉਹ ਨਹੀਂ ਹੱਲ ਹੋ ਜਾਂਦਾ, ਉਹਨਾਂ ਚਿਰ ਇਹ ਲਗਾਤਾਰ ਜਿਹੜਾ ਧਰਨਾ ਜਾਂ ਭੁੱਖ ਹੜਤਾਲ ਜਾਰੀ ਰਹੂ। ਅੱਜ ਅਸੀਂ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਦੇ ਧਰਨਾ ਇਸ ਕਰਕੇ ਲਾਇਆ, ਭੁੱਖ ਹੜਤਾਲ ਇਸ ਕਰਕੇ ਰੱਖੀ ਹੈ ਕਿ ਇਹਨਾਂ ਵੱਲੋਂ ਇਹਨਾਂ ਦੇ ਦਫ਼ਤਰ ਦੀ ਨਲਾਇਕੀ ਕਾਰਨ ਹੀ ਜਿਹੜਾ ਬਜਟ ਜਿਹੜਾ ਹੈ ਉਹ ਘੱਟ ਇਹਨਾਂ ਨੇ ਉੱਥੇ ਲਿਖੀ ਭੇਜਿਆ, ਜਿਹਦੇ ਕਾਰਨ ਅੱਜ ਜਿਹੜੇ ਸਾਡੇ 2300 ਅਧਿਆਪਕ ਨੇ ਉਹਨਾਂ ਦੇ ਘਰਾਂ ਦੀ ਹਾਲਤ ਜਿਹੜੀ ਬਹੁਤ ਮਾੜੀ ਹੈ। ਅਤੇ ਜਥੇਬੰਦੀ ਨੇ ਇਹ ਫੈਸਲਾ ਲਿਆ ਇਸ ਕਰਕੇ ਕਿ ਜੇ ਪ੍ਰਸ਼ਾਸਨ ਜਾਂ ਇਹ ਸਾਡੇ ਸਿੱਖਿਆ ਅਧਿਕਾਰੀ ਜਿਹੜੇ ਸਾਡੀ ਗੱਲ ਨਹੀਂ ਸੁਣਦੇ, ਅਸੀਂ ਭੁੱਖ ਹੜਤਾਲ ਰੱਖਣ ਦਾ ਸਾਡਾ ਮਕਸਦ ਇਹੀ ਹੈ ਕਿ ਇਸ ਪ੍ਰਸ਼ਾਸਨ ਨੂੰ ਜਗਾਉਣਾ, ਸਾਡੇ ਵਿਭਾਗ ਨੂੰ ਜਗਾਉਣਾ, ਤਾਂ ਕਿ ਸਾਡੇ ਜਿਹੜੀਆਂ ਤਨਖਾਹਾਂ ਜਿਹੜੀਆਂ ਨੇ ਤੁਰੰਤ ਜਿਹੜੀਆਂ ਜਾਰੀ ਕੀਤੀਆਂ ਜਾਣ। ਦੂਸਰਾ ਮਸਲਾ ਭ੍ਰਿਸ਼ਟਾਚਾਰ ਦਾ ਹੈ। ਭ੍ਰਿਸ਼ਟਾਚਾਰ ਜਿਹੜਾ, ਕਿਉਂਕਿ ਸਾਨੂੰ ਸਮੇਂ ਸਮੇਂ 'ਤੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਨੇ ਕਿ ਇਹ ਜ਼ਿਲ੍ਹਾ ਸਿੱਖਿਆ ਅਫਸਰ ਦੇ ਵਿੱਚ ਕੋਈ ਵੀ ਕੰਮ ਜਿਹੜਾ ਬਿਨਾਂ ਪੈਸੇ ਤੋਂ ਨਹੀਂ ਹੁੰਦਾ। ਉਸ ਲਈ ਅਸੀਂ ਵਚਨਬੰਦ ਹਾਂ ਕਿ ਗੌਰਮੈਂਟ ਟੀਚਰ ਯੂਨੀਅਨ ਜਿਹੜੀ ਹੈ ਇੱਕ ਵਾਰੀ ਜ਼ਰੂਰ ਇਸ ਜ਼ਿਲ੍ਹੇ ਦੇ ਵਿੱਚੋਂ, ਖਾਸ ਕਰਕੇ ਜਿਹੜਾ ਸਾਡੇ ਜ਼ਿਲ੍ਹੇ ਜਲੰਧਰ ਦਾ ਨਾਂ ਜਿਹੜਾ ਹੈ ਬੜੇ ਦੂਰ ਤੱਕ ਹੈ, ਉੱਚ ਪੱਧਰ 'ਤੇ ਹੈ ਕਿ ਇੱਥੇ ਕਰਪਸ਼ਨ ਦਾ ਅੱਡਾ ਹੈ, ਔਰ ਅਸੀਂ ਆਪਣੇ ਜਥੇਬੰਦੀ ਵੱਲੋਂ ਲਗਾਤਾਰ ਇਹਨਾਂ 'ਤੇ ਇੰਟਾ 'ਚ ਰਹਾਂਗੇ। ਜਦੋਂ ਵੀ ਸਾਡੇ ਕੋਲ ਇਹੋ ਜਿਹੀ ਕੋਈ ਸਮੱਸਿਆ ਆਈ ਤਾਂ ਅਸੀਂ ਇਸ ਦਫ਼ਤਰ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਘੇਰਾਂਗੇ ਔਰ ਇਹਨਾਂ ਨੂੰ ਉਸ ਕਟਹਿਰੇ 'ਚ ਲੈ ਖੜਾ ਕਰ ਦਾਂਗੇ ਤਾਂ ਕਿ ਅਧਿਆਪਕਾਂ ਦਾ ਜਿਹੜਾ ਸ਼ੋਸ਼ਣ ਜਿਹੜਾ ਉਹ ਨਾ ਹੋ ਸਕੇ। ਤਨਖਾਹ ਨਾ ਜਾਰੀ ਕਰਨ ਵਾਲੀ ਸਰਕਾਰ ਮੁਰਦਾਬਾਦ, 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 ਪੰਜਾਬ ਸਰਕਾਰ ਮੁਰਦਾਬਾਦ, 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 ਤਨਖਾਹ ਜਾਰੀ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ, 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 ਪ੍ਰਾਇਮਰੀ ਤੋਂ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ ਜਲਦੀ ਕਰੋ, ਜਲਦੀ ਕਰੋ, ਜਲਦੀ ਕਰੋ, ਪ੍ਰਾਇਮਰੀ ਤੋਂ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ ਜਲਦੀ ਕਰੋ, ਜਲਦੀ ਕਰੋ, ਜਲਦੀ ਕਰੋ, ਅਧਿਆਪਕਾਂ ਨੂੰ ਭੁੱਖੇ ਮਾਰਨ ਵਾਲੀ ਸਰਕਾਰ ਮੁਰਦਾਬਾਦ, 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 ਜ਼ਿਲ੍ਹਾ ਜਲੰਧਰ ਨੂੰ ਬਜਟ ਨਾ ਦੇਣ ਵਾਲੀ ਸਰਕਾਰ ਮੁਰਦਾਬਾਦ, 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 ਪੰਜਾਬ ਸਰਕਾਰ ਮੁਰਦਾਬਾਦ, 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 ਅਧਿਆਪਕਾਂ ਨੂੰ ਤਨਖਾਹ ਨਾ ਜਾਰੀ ਕਰਨ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ।